नमस्कार, आप देख रहे हैं दिल्ली ग्लो न्यूज और मैं हूं आपके साथ मानवी ठाकुर। शुरुआत करते हैं आज की खास खबरों से। सिखों का विशाल सम्मेलन हरिनगर कवात्रा टेंट के प्रांगण में संपन्न हुआ, जिसमें भाजपा के वरिष्ठ नेता मनजिंदर सिंह सिरसा तथा भाजपा अनेकों नेताओं ने शिरकत की। इस कार्यक्रम में भाजपा के वरिष्ठ नेता ओपी मक्कड़, दिल्ली सिख गुरुद्वारा प्रबंधक कमेटी के पूर्व प्रधान मनजिंदर सिंह सिरसा ने भारतीय जनता पार्टी द्वारा सिख पंथ के हित में भाजपा द्वारा किए कामों का उजागर किया। दिल्ली सिख गुरुद्वारा प्रबंधक कमेटी के महासचिव सरदार जगदीप सिंह कौलो ने कहा कि मनजिंदर सिंह सिरसा समाज के दुख सुख में हमेशा आगे रहकर सहयोग करते रहते हैं। दिल्ली सिख गुरुद्वारा प्रबंधक कमेटी के मेंबर व गुरु तेग बहादुर फोर्थ सेंचुरी इंजीनियरिंग कॉलेज के चेयरमैन तथा रामगढ़िया कोऑपरेटिव बैंक के डायरेक्टर व अपने क्षेत्रीय लोगों की समस्याएं, जात पात के भेदभाव को दरकिनार कर जरूरतमंद परिवारों के साथ हमेशा आगे रहने वाले भाजपा नेता सरदार हरजीत सिंह पप्पा ने कहा कि भारतीय जनता पार्टी ने सिखों को मान सम्मान देने का कार्य किया है। इस विशाल सिख सम्मेलन में दिल्ली सिख गुरुद्वारा प्रबंधक कमेटी के सदस्य व पूर्व निगम पार्षद सरदार अमरजीत सिंह पप्पू, रमन सिंह थापर और अनेकों गुरुद्वारों के प्रधान सेक्रेटरी मेंबरों के अलावा मुख्य लोगों ने हिस्सा लिया। समाज की सेवा में हमेशा अग्रसर रहने वाले भाजपा के वरिष्ठ नेता व कार्यकारिणी सदस्य भीष्म पितामह सत्यनारायण डंग, भाजपा की पूर्व राष्ट्रीय कार्यकारिणी सदस्य हरजीत कौर जौली, भाजपा के कर्मठ कार्यकर्ता अरविंदर पाल सिंह राजा, अजय मल्होत्रा, मनप्रीत कौर बेबी, रामगढ़िया बोर्ड के वेस्ट जोन चेयरमैन गुरु राजेंद्र सिंह टिपटा, उपाध्यक्ष त्रिलोचन सिंह, डोला स्टेज सेक्रेटरी बलवीर सिंह के अलावा सिख समाज की जानी मानी हस्तियां मौजूद थे। ਉਹ ਸਾਨੂੰ ਕੀ ਜਾਣਕਾਰੀ ਸੀ, ਸਾਨੂੰ ਰਾਹ ਦੇ ਰਹੀ ਸੀ, ਨਹੀਂ ਦੇ ਰਹੀ ਸੀ, ਸਾਡੇ ਨਾਲ ਰੋੜਾ ਹੋਣੇ ਪਏ। ਪੁਰਾਣੀ ਪਾਰਟੀ ਕਾਂਗਰਸ ਜਿਹਦੇ ਜਖਮ ਦਿੱਤੇ ਸਾਡੇ ਕਦੇ ਭੁੱਲੇ ਨਹੀਂ ਸਕਦੇ, ਹਮੇਸ਼ਾ ਉਹ ਹਰੇ ਰਹਿਣੇ ਨੇ। ਉਸਦੇ ਕਾਤਲਾਂ ਨੂੰ ਅਗਰ ਸਜ਼ਾ ਦਿਵਾਉਣ ਦਾ ਕੰਮ ਕੀਤਾ ਹੈ ਤੇ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਨੇ ਕੀਤਾ, ਸਾਡੇ ਜਨਮਾਂ ਦੇ ਮਰਮ ਲਾਇਆ। ਅਗਰ ਸਾਡੇ ਅਫਗਾਨਿਸਤਾਨ ਦੇ ਸਿੱਖ ਵੀਰ ਪਰੇਸ਼ਾਨੀ 'ਚ ਆ ਗਏ, ਉੱਥੇ ਉਹਨਾਂ ਦਾ ਰਹਿਣਾ ਦੁਬਰ ਹੋ ਗਿਆ, ਸਾਡੇ ਪੁਰਸ਼ਾਂ ਉੱਤੇ ਵਿਰਾਜਮਾਨ ਸਨ ਗੁਜ਼ਾਰਿਆ, ਉੱਥੇ ਉਹਨਾਂ ਦੇ ਬੇਅਦ ਵੀ ਹੋਣ ਦੇ ਅਸਾਰ ਹੋ ਗਏ। ਅਤੇ ਇਸ ਮੋਦੀ ਸਰਕਾਰ ਨੇ ਵੀ ਉਪਰਾਲਾ ਕੀਤਾ, ਏਅਰਫੋਰਸ ਦੇ ਪਲੇਨ ਭੇਜ ਕਰਕੇ ਉੱਥੇ ਜਿੱਥੇ ਬੜੇ ਅਦਬ ਸਤਿਕਾਰ ਦੇ ਨਾਲ ਪੁਰਸ਼ਾਂ ਦੇ ਸੂਹ ਲੈ ਕੇ ਆਉਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉੱਥੇ ਉੱਥੇ ਸਿੱਖ ਸੰਤਾਨਾਂ ਨੂੰ ਵੀ ਇੱਥੇ ਲੈ ਕੇ ਆਉਣਾ ਕੀਤਾ। ਚਾਹੇ ਉਹ ਕਰਤਾਰਪੁਰ ਦਾ ਕੋਰੀਡੋਰ ਹੋਵੇ, ਜੋ ਪਿਛਲੇ 75 ਸਾਲਾਂ ਦਾ ਹੋਰਾਂ ਸਰਕਾਰਾਂ ਨੇ, ਅਸੀਂ ਰੋਜ਼ਾਨਾ ਗੁਰਦੁਆਰੇ 'ਚ ਅਰਦਾਸ ਕਰਦੇ ਹਾਂ, ਸਾਡੇ ਪਿਛਲੇ ਗੁਰਧਾਮਾਂ ਦਾ ਖੁੱਲ੍ਹੇ ਦਰਸ਼ਨ ਦਿਦਾਏ, ਅਸੀਂ ਰੋਜ਼ ਅਰਦਾਸ ਬੇਨਤੀਆਂ ਕਰਦੇ ਹਾਂ, ਲੇਕਿਨ ਕਿਸੇ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ। ਅੱਜ ਇਹ ਸਰਕਾਰ ਸੀ ਜਿੱਥੇ ਹਾਲਾਤ ਵਿਪਰੀਤ ਹੋਣ ਦੇ ਬਾਵਜੂਦ ਇਹ ਸਰਕਾਰ ਨੇ ਆਪਣੇ ਨੀਤੀਆਂ ਦੇ ਆਧਾਰ 'ਤੇ ਉਹ ਕੋਰੀਡੋਰ ਬਣਾਇਆ, ਉਹ ਲਾਂਘਾ ਕਰਵਾਇਆ, ਜਿੱਥੇ ਅਸੀਂ ਅੱਜ ਖੁੱਲ੍ਹੇ ਦਰਸ਼ਨ ਦੀਦਾਰੇ ਕਰਦੇ ਹਾਂ ਕਰਤਾਰਪੁਰ ਜਾ ਕੇ। ਸਾਡੇ ਲੋਕ ਸਭਾ ਦੇ ਬੀਜੇਪੀ ਦੇ ਕੈਂਡੀਡੇਟ ਸ਼੍ਰੀਮਤੀ ਕਮਲਜੀਤ ਸਹਿਰਾਵਤ ਜੀ ਪਹੁੰਚੇ ਨੇ, ਅਸੀਂ ਜੀਆਂ ਕਹਿੰਦੇ ਹਾਂ, ਅਸੀਂ ਇਹਨਾਂ ਦੀ ਆਮਦ 'ਚ ਇੱਕ ਵਾਰ ਜ਼ੋਰਦਾਰ ਨਾਰਾ ਲਗਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ, ਬੋਲੇ ਸੋਨਿਹਾਲ।
ਸੁਸਤੀ ਦੀ ਘਾਟ ਹੈ, ਦਿਲ ਦੇ ਬਲਬਲੇ ਬੜੇ ਨੇ। ਮੈਂ ਆਪ ਸਾਹਿਬ ਨਾਲ ਆਪਣੇ ਬਲਬਲੇ ਹੋਰ ਸਾਂਝੇ ਕਰਨਾ ਚਾਹੁੰਦਾ ਸੀ, ਲੇਕਿਨ ਸਮੇਂ ਦੀ ਘਾਟ ਹੈ। ਸੋ ਮੈਂ ਆਪ ਦੇ ਅੱਗੇ ਪੂਰਨ ਬੇਨਤੀ ਅਪੀਲ ਕਰਦਾ ਕਿ ਆਉਣ ਵਾਲੀ 25 ਤਰੀਕ ਨੂੰ ਅਸੀਂ ਆਪਣੀ ਮਤ ਦਾ ਅਧਿਕਾਰ ਇਸਤੇਮਾਲ ਕਰਨਾ ਹੈ। ਸੋ ਆਪਾਂ ਜੋ ਸਾਡੇ ਸਾਹਮਣੇ ਹੈ, ਜੋ ਪਾਰਟੀ ਸਾਡੇ ਹਿੱਤਾਂ ਲਈ ਕੰਮ ਕਰ ਰਹੀ ਹੈ, ਅਸੀਂ ਉਸ ਨੂੰ ਵੋਟ ਪਾਉਣਾ ਹੈ। ਬੀਜੇਪੀ ਸਰਕਾਰ ਨੇ, ਮੋਦੀ ਸਰਕਾਰ ਨੇ ਸਾਡੇ ਲਈ ਬਹੁਤ ਸਾਰੇ ਕਾਰਜ ਕੀਤੇ ਨੇ। ਉਹ ਸਾਨੂੰ ਬਹੁਤ ਇਸ਼ੂਜ਼ ਔਨ ਕੈਂਡੀਡੇਟ ਕਮਲ ਜੀ ਸਰਾਵ ਜੀ ਦੇ ਰੂਪ 'ਚ ਦਿੱਤਾ ਹੈ, ਜੋ ਕਿ ਬਹੁਤ ਪੜ੍ਹੇ ਲਿਖੇ ਵੀ ਨੇ, ਬੀਐਡ ਨੇ, ਐਮਐਸ ਵੀ ਨੇ। ਉਸ ਤੋਂ ਇਲਾਵਾ ਉਹਨਾਂ ਨੂੰ ਬਹੁਤ ਐਕਸਪੀਰੀਅੰਸ ਆਪਣਾ ਸੱਤਾ 'ਤੇ ਕੰਮ ਕਰਨ ਦਾ, ਕਿਉਂਕਿ ਉਹ ਮੇਅਰ ਵੀ ਦਿੱਲੀ ਦੇ ਰਹੇ, ਕੌਂਸਲਰ ਵੀ ਰਹੇ ਨੇ, ਮੇਅਰ ਵੀ ਰਹੇ ਨੇ, ਹੋਰ ਬਹੁਤ ਸਾਰੇ ਉਹਦੇ ਅੰਦਰ ਰਹੇ ਨੇ। ਮੈਂ ਸ਼ੋਰਟਕਟ 'ਤੇ ਬਸ ਇਹਨਾਂ ਦਾ ਇਹਨਾਂ ਹੀ ਯਾਦ ਕਰਦਾ, ਬਾਕੀ ਇਹ ਆਪ ਦੱਸਣਗੇ। ਸੋ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जब उन्होंने कहा था कि मैं दिल्ली की भलाई कर रहा हूं, तो लोगों ने अच्छी तरह से देखा है कि किस तरह से झूठ बोला गया। तो मुझे लगता है कि कोई भीड़ है, अगर उनको रोड शो करना तो पूरी दिल्ली का एक दिन कर दिखाएं, तब उनको माना जाएगा कि बिल्कुल बड़े नेता है। एक डेढ़ के लोग रोड शो में वो खुद को बहुत ज्यादा देश को दिखाना चाहते हैं, तो मुझे लगता है जनता सब समझ। मैडम, आज के इस सम्मेलन में आप आए हैं, तो आप यहाँ की जो खाई है, इतनी जो आपने खाई है, उनके लिए क्या संदेश देना चाहेंगे और क्या विश्व भारत एक धर्म का देश है और धर्म इसमें बहुत क्योंकि हमेशा सेवा के कामों में लगे रहे हैं और सिख समुदाय ने जिस तरह से लगातार काम किया, उनकी कुछ मांगे थी, उनमें से कुछ मांगे पूरी हुई है। जैसे करतारपुर साहिब कॉरिडोर खुला है, वीर साहेब जावे के नाम से वीर बाल दिवस मनाया गया है, गुरमुखी भाषा के अंदर एग्जाम्स को शुरू किया गया है और अनेक ऐसे काम किए गए हैं जो काफी समस्या से समुदाय की मांग थी। अगर कुछ और मांगेंगे तो वो उनको प्रदर्शन कीजिए, आगे देखिए। लेकिन सिख समुदाय हमेशा देशभक्त एक समुदाय रहा और ये चुनाव देश का है, तो मुझे पूरा विश्वास है कि पूरे मेरे सिख समाज के भाई बहन प्रधानमंत्री नरेंद्र मोदी के साथ में रहेंगे और मुझे अपना आशीर्वाद। बड़ा कार्य बड़ा कार्य सिख समाज में आप करेंगे? देखिए, जब मैं काम करूंगी तो मैं ये नहीं कह रही सिखी, मैं हर